ਅੱਛਾ ਜਨ نیوز ਤੁਸੀਂ ਵੇਖ ਰਹੇ ਹੋ ਮੈਂ ਹਾ ਸ਼ਿਤਰ ਠਾਕੁਰ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਈ ਆ ਸਕੂਲਾਂ ਦੇ ਵਿੱਚ ਅਕਸਰ ਵੇਖਿਆ ਜਾਂਦਾ ਹੈ ਕਿ ਟੀਚਰ ਜਦੋਂ ਪੜਾ ਰਿਹਾ ਹੁੰਦਾ ਤੇ ਉਹਦਾ ਮੋਬਾਈਲ ਫੋਨ ਜਿਹੜਾ ਹੈ ਕਲਾਸ ਦੇ ਵਿੱਚ ਵੱਜ ਪੈਂਦਾ ਔਰ ਬਹੁਤ ਸਾਰੇ ਇਹੋ ਜਿਹੇ ਘਟਨਾਕਰਮ ਵੀ ਅਸੀਂ ਦੇਖੇ ਨੇ ਜਦੋਂ ਇੱਕ ਟੀਚਰ ਤੋਂ ਮੋਬਾਈਲ ਫੜਿਆ ਗਿਆ ਔਰ ਉਹ ਗੱਲਬਾਤ ਕਰ ਰਿਹਾ ਸੀ ਕਲਾਸ ਦੇ ਵਿੱਚ ਪੜਾ ਨਹੀਂ ਸੀ ਰਿਹਾ ਸੋ ਇਹਨਾਂ ਸਾਰੇ ਘਟਨਾਕਰਮ ਤੋਂ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਨਵੀਆਂ ਪਾਬੰਦੀਆਂ ਲੱਗ ਚੁੱਕੀਆਂ ਨੇ ਅਧਿਆਪਕਾਂ ਦੇ ਲਈ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਕੋਈ ਵਿਧਿਆਪਕ ਸਕੂਲ ਦੇ ਵਿੱਚ ਆਪਣਾ ਮੋਬਾਈਲ ਫੋਨ ਲੈ ਕੇ ਹਾ ਪਰ ਜੇਕਰ ਫੋਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਉਹਨਾਂ ਕੋਲ ਇੱਕ ਇਹਦਾ ਬਦਲੇ ਦਿੱਤਾ ਗਿਆ ਹੈ ਕਿ ਉਹ ਫੋਨ ਜਿਹੜੇ ਨੇ ਪ੍ਰਿੰਸੀਪਲ ਜਿਹੜਾ ਸਕੂਲ ਦਾ ਮੁਖ ਅਧਿਆਪਕ ਹੁੰਦਾ ਉਹਨੂੰ ਜਮਾ ਕਰਵਾਇਆ ਜਾਊਗਾ ਸੋ ਇਹ ਜਿਹੜੀ ਨਵੀਂ ਪਾਬੰਦੀ ਅਧਿਆਪਕਾਂ ਦੇ ਉੱਤੇ ਲਾਗੂ ਹੋਈ ਹੈ ਕਿਉਂਕਿ ਬਹੁਤ ਸਾਰੇ ਘਟਨਾਕਰਮ ਹੋਏ ਸਨ ਜਦਾਂ ਦੇ ਵਿੱਚ ਸ਼ਿਕਾਇਤਾਂ ਮਿਲੀਆਂ ਸਨ ਮਾਤਾ ਪਿਤਾ ਦੇ ਵੱਲੋਂ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ ਕਿ ਅਧਿਆਪਕ ਜਿਹੜੇ ਨੇ ਕਲਾਸ ਦੇ ਵਿੱਚ ਬੱਚਿਆਂ ਨੂੰ ਪੜਾਉਣ ਦੀ ਜਗ੍ਹਾ ਤੇ ਮੋਬਾਈਲ ਵਰਤਦੇ ਨੇ ਔਰ ਇਹ ਸ਼ਿਕਾਇਤਾਂ ਜੜੀਆਂ ਨੇ ਬਹੁਤ ਜ਼ਿਆਦਾ ਫੈਲੀਆਂ ਜਿਹਦੇ ਕਾਰਨ ਹੁਣ ਜੜੀਆਂ ਸਖਤ ਪਾਬੰਦੀ ਦੇ ਉੱਤੇ ਲਾਗੂ ਹੋ ਰਹੀਆਂ ਨੇ ਕਿ ਅਧਿਆਪਕ ਜਿਹੜੇ ਨੇ ਆਪਣਾ ਮੋਬਾਈਲ ਫੋਨ ਜਦ ਤੱਕ ਘਰ ਰੱਖ ਕੇ ਆਉਣਗੇ ਜੇਕਰ ਉਹ ਸਕੂਲ ਲੈ ਕੇ ਆਉਣਗੇ ਤਾਂ ਮੁੱਖ ਅਧਿਆਪਕ ਦੇ ਕੋਲ ਆਪਣਾ ਮੋਬਾਈਲ ਜਿਹੜਾ ਜਮ੍ਹਾਂ ਕਰਵਾਉਣਗੇ ਤਾਂ ਕਿ ਜਮਾਤ ਦੇ ਵਿੱਚ ਪੜਾਉਂਦੇ ਸਮੇਂ ਕਲਾਸ ਦੇ ਵਿੱਚ ਪੜਾਉਂਦੇ ਸਮੇਂ ਉਹ ਮੋਬਾਈਲ ਫੋਨ ਨਾ ਵਰਤ ਸਕਣ ਨਵੀਆਂ پابੰਦੀਆਂ ਲੱਗ ਗਈਆਂ ਨੇ ਅਧਿਆਪਕਾਂ ਨੂੰ ਸਕੂਲਾਂ ਦੇ ਵਿੱਚ ਬਿਊਰੋ ਰਿਪੋਰਟ ਐਚਐਸਐਨ న్యూਸ